ਤੁਹਾਨੂੰ ਕੈਨੇਡਾ ਨੇ ਆਏ ਵੀਜ਼ੇ ਵੰਡੇ, ਜਨਵਰੀ ਇਨਟੇਕ ਮਈ ਇਨਟੇਕ ਦੇ ਵੀਜ਼ੇ ਇਹ ਹੋਏ ਆ, ਇਹ ਆਏ ਆ ਵੀ ਜਿਵੇਂ ਆਪਾਂ ਸੋਚ ਨਹੀਂ ਸਕਦੇ। ਕੋਈ 10 ਵੀਜ਼ੇ ਦਿਖਾਉਂਦਾ, ਕੋਈ ਲੜੀਆਂ ਦਿਖਾਉਂਦਾ, ਕੋਈ 50 ਬੰਦਾ ਇਕੱਠਾ ਕਰਕੇ ਦਿਖਾਉਂਦਾ ਵੀ ਕੈਨੇਡਾ ਨੇ ਏਡੇ ਵੱਡੇ ਪੱਧਰ ਤੇ ਸਕਸੈਸ ਰੇਟ ਕਿਉਂ ਦਿੱਤਾ, ਜਿਹਨੂੰ ਵੀਜ਼ਾ ਨਹੀਂ ਵੀ ਮਿਲਣਾ ਚਾਹੀਦਾ ਸੀ ਉਹਨੂੰ ਵੀ ਮਿਲਿਆ।